ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਸਵਾਗਤ ਹੈ ਪ੍ਰੋਗਰਾਮ ਤੁਸੀਂ ਕੀ ਕੀਤਾ। ਇਸ ਪ੍ਰੋਗਰਾਮ 'ਚ ਆਪਾਂ ਤੁਹਾਨੂੰ ਸਾਰਿਆਂ ਨੂੰ ਪੁੱਛਾਂਗੇ ਕਿ ਸਰਕਾਰ ਦੀ ਤਾਂ ਸਾਰਿਆਂ ਨੇ ਗਲਤੀ ਕੱਢਤੀ ਕਿ ਸਰਕਾਰ ਇਹ ਨਹੀਂ ਕਰ ਰਹੀ, ਤੁਸੀਂ ਇਹ ਨਹੀਂ ਕਰ ਰਹੀ, ਅਸੀਂ ਕੀ ਕੀਤਾ, ਤੁਸੀਂ ਕੀ ਕੀਤਾ ਲੋਕਾਂ ਵਾਸਤੇ ਜਾਂ ਆਪਣੇ ਵਾਸਤੇ, ਸਾਰੇ ਦੇਸ਼ ਵਾਸਤੇ, ਪੰਜਾਬ ਵਾਸਤੇ ਕੀ ਕੀਤਾ। ਇਸ ਕਰਕੇ ਸਾਡੇ ਨਾਲ ਜੁੜੇ ਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਸਰਦਾਰ ਮਨਜੀਤ ਸਿੰਘ ਜੀ ਟੀਟੂ। ਤੁਸੀਂ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ? ਇਹਦੇ ਵਾਸਤੇ ਸਰਕਾਰ ਨੇ ਜੋ ਕਰਨਾ ਸੀ ਕੀਤਾ, ਕੁਛ ਨਾਕਾਮੀਆਂ ਵੀ ਰਹੀਆਂ, ਪਰ ਸਾਡੀ ਸਾਰਿਆਂ ਦੀ ਵੀ ਡਿਊਟੀ ਬਣਦੀ ਹੈ ਕਿ ਅਸੀਂ ਇਸ ਕਰੋਨਾ ਵਰਗੀ ਭਿਅੰਕਰ ਬਿਮਾਰੀ ਨਾਲ ਕਿੱਦਾਂ ਲੜਨਾ ਹੈ। ਸਾਨੂੰ ਵਾਰ ਵਾਰ ਟੈਲੀਵਿਜ਼ਨ ਦੇ ਉੱਤੇ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ ਕਿ ਡਿਸਟੈਂਸ ਰੱਖੋ, ਮਾਸਕ ਪਾਓ, ਹੱਥ ਵਾਰ ਵਾਰ ਧੋਵੋ। ਅਸੀਂ ਆਮ ਤੌਰ 'ਤੇ ਮੈਂ ਦੇਖਦਾ ਵਾਂ ਕਿ ਜੇ ਸ਼ਹਿਰ ਦੇ ਵਿੱਚ ਛੂਟ ਦਿੱਤੀ ਹੈ ਤਾਂ ਲੋਕਾਂ ਨੇ ਉਸਦਾ ਨਜਾਇਜ਼ ਫਾਇਦਾ ਉਠਾਉਣਾ ਚਾਲੂ ਕਰਤਾ। ਬਿਲਕੁਲ ਨਹੀਂ ਚਾਹੀਦਾ। ਇਹ ਐਸੀ ਭਿਅੰਕਰ ਬਿਮਾਰੀ ਹੈ, ਤੁਸੀਂ ਅਮੈਰੀਕਾ ਵਰਗੀ ਕੰਟਰੀ ਦੇਖ ਲਓ, ਕਨੇਡਾ ਦੇਖ ਲਓ, ਜਰਮਨ ਦੇਖ ਲਓ, ਇਟਲੀ ਦੇਖ ਲਓ, ਕਿੰਨੀਆਂ ਮੌਤਾਂ ਹੋਈਆਂ। ਮੈਂ ਸਮਝਦਾ ਵਾਂ ਕਿ ਜੇ ਅਸੀਂ ਟਾਈਮ ਸਿਰ ਜਿਹੜਾ ਇਹ ਲੋਕਡਾਊਨ ਲੱਗ ਗਿਆ ਸੀ ਉਹਦੇ ਕਰਕੇ ਮੌਤਾਂ ਦੀ ਗਿਣਤੀ ਅਤੇ ਜਿਹੜੇ ਪੇਸ਼ੈਂਟ ਨੇ ਉਹਨਾਂ ਦੀ ਗਿਣਤੀ ਘੱਟ ਰਹਿ ਗਈ, ਅਸੀਂ ਭਾਗਾਂ ਵਾਲੇ ਹਾਂ। ਤੁਸੀਂ ਜਿਹੜਾ ਸਵਾਲ ਕੀਤਾ ਕਿ ਤੁਸੀਂ ਕੀ ਕੀਤਾ, ਹਰ ਇੱਕ ਸੰਸਥਾ ਨੇ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਈ ਔਰ ਉਹਦੇ ਵਿੱਚ ਗੁਰਦੁਆਰਾ ਚਰਨ ਕਵਲ ਸਾਹਿਬ ਪਾਤਸ਼ਾਹੀ ਛੇਵੀਂ, ਜੋ ਵੱਡਾ ਬਾਜ਼ਾਰ ਵਿਖੇ ਹੈ, ਇਤਿਹਾਸਕ ਸਥਾਨ ਹੈ। ਅਸੀਂ 22 ਤਰੀਕ ਨੂੰ ਜਦੋਂ ਲੋਕਡਾਊਨ ਹੋਇਆ, 23 ਨੂੰ ਕਰਫਿਊ ਲੱਗਾ, ਅਸੀਂ 24 ਤੋਂ ਬਾਅਦ ਲੰਗਰ ਸਟਾਰਟ ਕਰ ਦਿੱਤਾ ਔਰ ਅਸੀਂ ਇਹੀ ਕੋਸ਼ਿਸ਼ ਕੀਤੀ ਵੀ ਅਸੀਂ ਉਹਨਾਂ ਫੈਮਲੀਆਂ ਨੂੰ ਲੰਗਰ ਪਹੁੰਚਾਈਏ ਜਿਹੜੀ ਇਸ ਚੀਜ਼ ਦੀ, ਜਿਨ੍ਹਾਂ ਨੂੰ ਜ਼ਰੂਰਤ ਹੈ ਲੰਗਰ ਦੀ। ਆਹ ਨਹੀਂ ਕਿ ਮੈਂ ਆਪਣੇ ਚਾਚੇ ਦੇ ਮੁੰਡੇ ਨੂੰ, ਤਾਏ ਦੇ ਮੁੰਡੇ ਨੂੰ ਜਾਂ ਰਿਸ਼ਤੇਦਾਰਾਂ ਨੂੰ ਪਹੁੰਚਾਵਾਂ, ਇਹ ਸਾਡੀ ਇਹ ਡਿਊਟੀ ਸੀ ਕਿ ਅਸੀਂ ਉਹਨਾਂ ਨੂੰ ਪਹੁੰਚਾਈਏ। ਅਸੀਂ ਲਿਸਟ ਬਣਾਈ, ਪਹਿਲੇ ਦਿਨ ਸਾਡੇ ਕੋਲ 25 ਤੋਂ 30 ਬੰਦਿਆਂ ਦੀ ਲਿਸਟ ਬਣੀ, ਉਹ ਹੌਲੀ ਹੌਲੀ ਵੱਧਦੀ ਵੱਧਦੀ 150 ਤੋਂ ਲੈ ਕੇ 200 ਦੇ ਦਰਮਿਆਨ ਦੇ ਵਿੱਚ ਲਿਸਟ ਬਣ ਗਈ। 600-700-800 ਪ੍ਰਾਣੀਆਂ ਨੂੰ ਸਵੇਰ ਦਾ ਲੰਗਰ ਅਤੇ ਰਾਤ ਦਾ ਲੰਗਰ ਅਸੀਂ ਇੱਥੋਂ ਬਣਾ ਕਰਕੇ ਭੇਜਦੇ ਸਾਂ। ਸਮਾਂ ਕਰਵਟ ਲਿਆ, 16 ਤਰੀਕ ਨੂੰ ਉੱਥੇ ਇੱਕ ਪੇਸ਼ੈਂਟ ਅਵਤਾਰ ਸਿੰਘ ਜੀ ਆ ਗਏ, ਜੋ ਸਾਡੇ ਬੜੇ ਪਰਮ ਮਿੱਤਰ, ਗੁਰਦੁਆਰਾ ਸਾਹਿਬ ਪ੍ਰਬੰਧਕ ਦੇ ਮੈਂਬਰ ਵੀ ਸਨ। ਇਸ ਕਰਕੇ ਸਾਨੂੰ ਪੁਲਿਸ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਕਿ ਲੰਗਰ ਇੱਥੇ ਬੰਦ ਕਰ ਦਿਓ। ਅਸੀਂ ਲੰਗਰ ਬੰਦ ਕਰਤਾ, ਪਰ ਜਿਹੜੀ ਸਾਡੇ ਕੋਲ ਰਸਤ ਬਚੀ ਸੀ ਅਸੀਂ ਉਹ ਰਸਤ ਨੂੰ ਡਿਵਾਈਡ ਕਰਕੇ, ਜਿਹੜੇ ਉਹ 150 ਪਰਿਵਾਰ ਸਨ ਅਸੀਂ ਉਹਨਾਂ ਦੇ ਵਿੱਚ ਉਹਨੂੰ ਡਿਵਾਈਡ ਕਰ ਦਿੱਤਾ, ਤਾਂ ਕਿ ਕਿੱਥੇ ਅਸੀਂ ਲੰਗਰ ਬਣਾ ਕਰਕੇ ਦਿੰਦੇ ਸਾਂ ਉਹਨਾਂ ਨੂੰ, ਕਿੱਥੇ ਉਹ ਫਿਰ ਆਪਣੇ ਘਰ ਦੇ ਵਿੱਚ ਲੰਗਰ ਬਣਾਉਣ ਲੱਗ ਪਏ। ਫਿਰ ਅਸੀਂ ਸੋਚਿਆ ਕਿ ਸੈਨੀਟਾਈਜ਼ਰ ਕੀਤਾ ਜਾਵੇ। ਅਸੀਂ ਆਪਣੀ ਪੂਰੀ ਟੀਮ, ਮੇਰੀ ਪੂਰੀ ਟੀਮ, ਰਿੰਕੂ ਜੀ, ਵਿੱਕੀ ਸੂਰੀ ਜੀ, ਜੋਤੀ ਟੰਡਨ ਜੀ, ਗੁਰਸ਼ਰਨ ਸਿੰਘ ਛੰਨੂ ਜੀ, ਸੁੱਖਾਵੀਰ ਜੀ, ਬੜੇ ਮਤਲਬ ਕਾਫੀ ਟੀਮ ਵੱਡੀ ਸੀ, ਅਸੀਂ ਇਹਨੂੰ ਡਿਵਾਈਡ ਕਰਕੇ ਅਸੀਂ ਸੈਨੀਟਾਈਜ਼ਰ ਦਾ ਕੰਮ ਬਸਤੀ 6 'ਚ ਚਾਲੂ ਕੀਤਾ। ਉਸ ਤੋਂ ਬਾਅਦ ਅਸੀਂ ਫੋਕ ਮਸ਼ੀਨ ਲਿਆਂਦੀ ਅਤੇ ਫੋਕ ਮਸ਼ੀਨ ਦੇ ਵਿੱਚ ਰੋਜ਼ ਡੀਜ਼ਲ ਵੀ ਬਲਦਾ ਸੀ, ਰੋਜ਼ ਉਹਦੇ ਵਿੱਚ ਥੱਲੇ ਸਿਲੰਡਰ ਵੀ ਲੱਗਦਾ ਸੀ, ਦਵਾਈ ਵੀ ਪਾਣੀ ਪੈਂਦੀ ਸੀ। ਸੋ ਅਸੀਂ ਉਹ ਸਾਰਾ ਇੰਤਜ਼ਾਮਾਤ ਜਿਹੜੀ ਆਪਣੀ ਵੈਲਕਮ ਫਾਈਨਾਂਸ ਕਾਰਪੋਰੇਸ਼ਨ ਹੈ, ਅਸੀਂ ਇਹਦੇ ਵੱਲੋਂ ਉਹਨੂੰ ਸਾਰਾ ਪ੍ਰੋਵਾਈਡ ਕਰਾਇਆ। ਰਿੰਕੂ ਜੀ ਦੀ ਸਦਕਾ ਬਈ ਅਸੀਂ ਲੋਕਾਂ ਦੀ ਸੇਵਾ ਕਰਨੀ ਹੈ ਔਰ ਕੀਤੀ। ਅੱਛਾ ਸਰ, ਤੁਹਾਡਾ ਕੀ ਕਹਿਣਾ ਕਿ ਜਿੱਦਾਂ ਲੋਕ ਬਾਹਰ ਸ਼ਰੇਆਮ ਘੁੰਮ ਰਹੇ ਨੇ, ਨਾ ਮਾਸਕ ਲਗਾ ਰਹੇ ਨੇ, ਇਕੱਠੇ ਖੜ੍ਹੇ ਆ ਜਾਂ ਇੱਕ ਜਗ੍ਹਾ 'ਤੇ, ਜਾਂ ਅੱਜ ਕੱਲ੍ਹ ਬੱਚਿਆਂ 'ਚ ਇਹ ਨਹੀਂ, ਅਨਪੜ੍ਹ ਲੋਕਾਂ 'ਚ ਨਹੀਂ, ਐਜੂਕੇਟਡ ਪਰਸਨ ਵੀ ਆ ਜਿਹੜੇ ਉਹ ਵੀ ਟਿਕਟੋਕ 'ਤੇ ਲੱਗੇ ਹੋਏ, ਬਾਹਰ ਜਾ ਕੇ ਕੋਈ ਗਰਾਊਂਡ 'ਚ ਲੱਗਾ ਹੋਇਆ, ਕੋਈ ਕਿਸੇ ਕੋਲ ਲੱਗਾ, ਉਹਨਾਂ ਬਾਰੇ ਕੀ? ਮੈਂ ਇਹੀ ਕਹਿਣਾ ਚਾਹਾਂਗਾ ਕਿ ਫਿਲਹਾਲ ਕਰਫਿਊ ਖਤਮ ਹੋਇਆ, ਨਾ ਕਿ ਜਿਹੜਾ ਲੋਕਡਾਊਨ ਖਤਮ ਹੋਇਆ ਹੈਗਾ। ਸਾਨੂੰ ਸਾਰਿਆਂ ਨੂੰ ਪ੍ਰਾਈਮ ਮਿਨਿਸਟਰ ਜੀ ਦੀ ਜੋ ਹਦਾਇਤਾਂ ਹੈਗੀਆਂ ਉਹਨੂੰ ਪਾਲਣਾ ਕਰਨਾ ਚਾਹੀਦਾ ਹੈਗਾ। ਇਹ ਉਹਨਾਂ ਦੇ ਸਿਰਫ ਆਪਣੇ ਪਰਪਸ ਲਈ ਨਹੀਂ, ਉਹ ਆਪਣੇ ਪਰਿਵਾਰ ਲਈ ਨਹੀਂ ਕਹਿ ਰਹੇ, ਉਹਨਾਂ ਦਾ ਪਰਿਵਾਰ ਜਿਹੜਾ ਹੈਗਾ ਸਾਰਾ ਇੰਡੀਆ, ਸਾਰਾ ਪਰਿਵਾਰ ਹੈ ਉਹਨਾਂ ਲਈ। ਉਹਨੇ ਜੋ ਵੀ ਹਦਾਇਤਾਂ ਦਿੱਤੀਆਂ ਉਹਨੂੰ ਫੋਲੋ ਕਰਨਾ ਚਾਹੀਦਾ, ਉਹਦੇ ਵਿੱਚ ਸਾਡਾ ਹੀ ਫਾਇਦਾ ਹੈ। ਜੇ ਅਸੀਂ ਇੱਕ ਦੂਜੇ ਨੂੰ ਨਹੀਂ ਮਿਲਾਂਗੇ, ਡਿਸਟੈਂਸ ਮੇਨਟੇਨ ਰੱਖਾਂਗੇ, ਇਸ ਬਿਮਾਰੀ ਤੋਂ ਬਚਿਆ ਜਾ ਰਿਹਾ, ਕਿਉਂਕਿ ਇਹਦੀ ਹਾਲੇ ਤੱਕ ਕੋਈ ਵੀ ਦਵਾਈ ਜਾਂ ਵੈਕਸੀਨ ਨਹੀਂ ਬਣੀ ਹੈ। ਇਹਦੀ ਵੈਕਸੀਨ ਅਤੇ ਦਵਾਈ ਫਿਲਹਾਲ ਇਹੀ ਹੈ ਕਿ ਡਿਸਟੈਂਸ ਮੇਨਟੇਨ ਰੱਖੀਏ, ਜ਼ਿਆਦਾ ਤੋਂ ਜ਼ਿਆਦਾ ਅਸੀਂ ਘਰ ਦੇ ਵਿੱਚ ਰਹੀਏ ਔਰ ਬਾਹਰ ਨਾ ਫਿਰੀਏ। ਮੈਂ ਤਾਂ ਸਾਰਿਆਂ ਨੂੰ ਇਹੀ ਕਹਿਣਾ ਚਾਹਾਂਗਾ। ਸਰ ਸਰ ਤੁਸੀਂ ਕੀ ਕਹਿਣਾ ਚਾਹੁੰਦੇ, ਜਿੱਦਾਂ ਬੱਚੇ ਬਾਹਰ ਖੇਡ ਰਹੇ ਨੇ, ਘਰ ਦੇ ਵੀ ਰੋਕ ਨਹੀਂ ਰਹੇ, ਬੱਚੇ ਸ਼ਰੇਆਮ ਬਾਹਰ ਜਾ ਰਹੇ ਆ, ਕੋਈ ਕੁਛ ਕਰ ਰਿਹਾ, ਕੋਈ ਕੁਛ ਕਰ ਰਿਹਾ, ਉਹਨਾਂ ਬਾਰੇ ਤੁਹਾਡੀ ਕੀ ਰਾਏ? ਮਾਂ ਬਾਪ ਦੀ ਬੜੀ ਵੱਡੀ ਜ਼ਿੰਮੇਵਾਰੀ ਹੈ। ਬੱਚਾ ਅਤੇ ਬਜ਼ੁਰਗ ਇੱਕ ਬਰਾਬਰ ਹੁੰਦੇ ਹਨ ਜੀ, ਬੱਚੇ ਦੀ ਜਿਹੜੀ ਸਮਝ ਬਿਲਕੁਲ ਨਹੀਂ ਹੁੰਦੀ ਅਤੇ ਬਜ਼ੁਰਗ ਵੀ ਜਦੋਂ ਉਮਰ ਦਰਾਜ ਹੋ ਜਾਂਦੇ ਹਨ ਤਾਂ ਸਮਝ ਘੱਟ ਹੁੰਦੀ ਹੈ। ਸੋ ਜਿਹੜੇ ਨੌਜਵਾਨ ਵਰਗੇ 55 ਸਾਲ ਤੱਕ, ਉਹਨਾਂ ਨੂੰ ਚਾਹੀਦਾ ਕਿ ਆਪਣੇ ਬੱਚਿਆਂ ਨੂੰ ਵੀ ਸਾਂਭ ਕੇ ਰੱਖਣ ਅਤੇ ਆਪਣੇ ਬਜ਼ੁਰਗਾਂ ਨੂੰ ਵੀ ਸਾਂਭ ਕੇ ਰੱਖਣ, ਕਿਉਂਕਿ ਇਹ ਜਿਹੜੀ ਬਿਮਾਰੀ ਹੈ ਇਹ ਬੱਚਿਆਂ ਨੂੰ ਵੀ ਜਲਦੀ
फड़ती है तो बुजुर्गों को भी जल्दी फड़ती है। तुम देख लो पूरे हिंदुस्तान च जिन्या मौतें उन्होंने ज़्यादा परसेंटेज 65 एज वाले की उस तो उपर वाले की। सो जिन्हें के कई बच्चों हो बच्चों की डैथ हो गई। कारण ही ये कि इम्यून सिस्टम इन्हों का कमजोर हों। तो मैं तो सबनों एक बेनती कराँगा कि आप इस बीमारी ना ता ही लड़ सकते हैं जे असी अपने खान पान बदलीए अपने रहन सहन के तरीके बदलीए। देखो असी बड़ी जिंदगी इस रहन सहन च रहे हैं खाण पीन च रहे हैं पर हुण वक्त आ गया कि आपनों बदलना पैना। सरकार कल्ली कुछ नहीं कर सकती। मैं फिर भी प्रधानमंत्री साहब का बहुत ही धन्यवादी हाँ जिन्होंने समय सिर लॉकडाउन ला के इत्थे मौतों की गिनती भी घटाया और इत्थे जिहड़ी बीमारी भी बूता फैलन नहीं दिता और काफ़ी कंट्रोल है। और इस करके सानू सारिआं चाहिए प्राइम मिनिस्टर साहब की गल नूं उहदी गल दे उत्ते पूरा उतरना और उहदी गल्लां नूं मनना। वह जिदा रिंकू जी ने कहा भी अपने परिवार लिए नहीं कर रहे। बहुत नेक प्रधानमंत्री साहबान सानू मिले हैं और मैं धन्यवादी उन्हां दा कि जिन्होंने देश नूं बचाउण दे विच पूरा रोल अदा किया। सर बिल्कुल ठीक गल है तुहाडी। आपां बाहर बहुत लोगों नाल घूमे देखिया उन्हें बातचीत की उन्होंने नाके के उत्ते पुलिसकर्मी ही कह रहे हैं कि तुहानू दो सवारियां जां एक सवारी अलाउड आ। उन्होंने जो हाथ दे रहे हो ज़्यादा सवारियां बिठा रहे हैं उन्होंने हाथ भी दे रहे तो अगे लंघ जाते ना उन्हें गल सुनते ना कुछ उन्होंने बारे। मेरा जिहड़ा इलाका वैस्ट हल्के नाल संबंध है रविंदर कुमार जी SHO 5 मैं देखता सी कोई रात रात लगे रहिंदे सीगे। साडे DSP जिहड़े ने इत्थे दे ACP बरजिंदर सिंह जी उह वी ड्यूटी कर रहे अपने टाइम नाल। उन्होंने बहुत ड्यूटी की और अपने बच्चों तो परे होकर ड्यूटी की अपने मतलब घर तक नहीं गए रात दिन गड्डिया के घूमते रहे। और कारण की है कि जदों पुलिस किसी बंदे डंडा मार दी है तो साडा मीडिया उस गल नूं छालदा कि जी इहनूं डंडा क्यों मारिया गया। पर कई बार की है कि हालात इदां दे बना देंदे ने आम लोग कि परेशानी की हालात है जिहड़ी पुलिस नूं सख्ती करनी पैंदी है। सो मैं लोगों नूं बेनती करांगा कि जिहड़े योधे जिदा हुण डॉक्टर कश्मीरी लाल जी सिविल हॉस्पिटल तो किन्नी उन्होंने मेहनत की हूँ कई बंदे उठ के उन्होंने क्वेश्चन आंसर लाने लग पेंदे ने पर नहीं लाने चाहिए इदा के क्वेश्चन आंसर। इस टाइम टाइम नहीं है सानू किसी की निंदा करन दा। मैं तो देखो जी असी अकाली दल नाल संबंधित हाँ कांग्रेस की सरकार है मैं तो उन्होंने भी मुखालफत नहीं करता पाया क्यों कि यह टाइम नहीं है। यह टाइम है सिर्फ आपां नूं कम करन दा। जदों राजनीति करेंगे उदों राजनीति करेंगे। यह टाइम है समाज की सेवा का। मैं सारे वीरों को बेनती करांगा कि अपनी अपनी जिम्मेवारी निभाइए और जिहड़े कोरोना नाल लड़ रहे योधे ने सफाई सेवक ने बेचारे गलियां साफ करते हैं हालात की ने अज लोग डरते हैं वो तुहाडियां गलियां साफ करते पे ने। सल्यूट है उन्होंने सल्यूट है DC साहब न सल्यूट है कमिश्नर साहब न सल्यूट है पंडाल साहब न SP साहब न सल्यूट है साडा सारे बरजिंदर सिंह भाजी इन की पूरी टीम साढ़े 5 नंबर के SHO साहब न सल्यूट है क्योंकि इन्होंने काम किया। असं इन्हों कुछ नहीं दे सकते इन्हों का मानता वधा सकते ना। अगर असी इन्हों इन्नी गल कह दी भी तुम बहुत वधिया काम किया तो उन्हें गल मान लीए तो मैं समझदा वा कि ये देश का भी भला होगा समाज का ही भला होगा। और जो चैनल है गो पंजाब मैं कहना कमाल है गो टू पंजाब बहुत कमाल दी तुसी अज जिहड़ी इंटरव्यू साडी लैन आए हो साडे तुहाडे माध्यम दे राही साडियां गल्लां जिहड़ियां ने समाज च ते एडमिनिस्ट्रेशन च पहुंचणगियां। DC साहब ने किन्ना काम किया कमिश्नर साहब ने किन्ना काम किया मैं समझदा उन्होंने भी काम किया ते तुसी गो टू पंजाब वाले ने भी काम किया। यही काम हुंदे ने आपां जदों समाज दे विच कोई ऐसी जंग छिड़ पैंदी है जिहदे नाल लड़न वास्ते पूरे समाज नूं इक मुठ होना पैंदा उहदे विच एडमिनिस्ट्रेशन भी एक मुठ होना पैंदा लीडरां भी एक मुठ होना पैंदा पुलिस अफसरां भी एक मुठ होना पैंदा हर बंदे नूं एक मुठ होना पैंदा। अज ही सारे एक मुठ हो के इस करोना भयंकर बीमारी दे नाल जो फैल गई साडे देश दे विच दुनिया दे विच जिन्हें चलती गड्डी का चक्का जाम कर दिता बहुत हालात खराब ने। सारे नूं हाथ जोड़ के बेनती है गो टू पंजाब चैनल दे राही मैं सारे नूं हाथ जोड़ के बेनती करदा हां मेरे वीरों मेरी भैनों मेरे भरावो ये बीमारी ना सी निजात उदों ही पावांगे जदों असी दित्ते हुए एडमिनिस्ट्रेशन दे निर्देशां दे उत्ते काम करांगे। सर बहुत वधिया तुसीं दस्सिया पर लास्ट दे विच तुहानूं इक होर क्वेश्चन पुछना चाहुंदा मैं कि जिद्दां लोक कह रहे कि जलंधर दे विच मतलब वध ही रहे आ केस कि सरकार हो सकदा कि दुबारा करफ्यू लगा देवे उस बारे तुम की कहना चाहते अगर करफ्यू वधदा है तो सरकार नूं की राहत देनी चाहिए। पहली गल तो जिहड़ी गल वधन दी है पहला 225 तक पेशेंट चले गए सन जिहड़े हुण 20-22 पेशेंट ही रह गए हैं क्योंकि मैं डॉक्टर कश्मीर लाल कई बार फोन मार के पुछदा हुंदा वां तो 20-22 पेशेंट ने वध नहीं रही बीमारी जलंधर हुण घट रही है तो मैनू नहीं लगता भी लॉकडाउन की जरूरत पेगी। तो जे पवे तो सानू सारे नूं चाहिए तो सरकार दे नाल इकजुट खड़े होके
और सानू चाहिए उन्होंने हदायतों का पालना करनी चाहिए है। तो मैं एक होर बेनती करा, परेशानी कदों आती है कि लोगों को रोटी नहीं मिलती, बिल्कुल सरकार घर घर रोटी पहुँचा नहीं सकती। ठीक है, ये निंदा करन दा समा नहीं हैगा, पर कई बार कई लीडर करते हैं बई अपने चहेतियां नू कर लिया तो दूजे रहन दिते, कोई गल नहीं। जिहड़े गलियां दे विच वड्डे घर हैगे ने, जिहड़े समझदे ने कि असीं खाण पीण परिवार वाले हैगे, उन्हां नू चाहीदा नाल दे दो चार घरां नू रोटी पानी खवाण। जे लाना पै गया लॉकडाउन, तो असीं बिल्कुल देश दे नाल खड़े हाँ, सानू पहलां देश है, उस तों बाद साडियां कौमां ने, उस तों बाद साडे धर्म ने, पहलां साडा देश है, साडी इक ड्यूटी बनदी सारिआं दी। अपने देश दे प्रधानमंत्री दा स्वागत करिए, तुसीं हर गल दे उत्ते पूरन चलिए। सर बहुत बहुत धन्नवाद, तुसीं साडे गो टू पंजाब विच आ के अपनी अपना विचार प्रगट किए, बहुत बहुत धन्यवाद जी।